ਆਹਦਾ ਮੱਝਾਂ ਨੂੰ ਕੀ ਕਿਹਾ ਜੀ? ਉਹਨਾਂ ਨੇ ਹੜਤਾਲ ਕਰਤੀ, ਕਹਿੰਦੀ ਅਸੀਂ ਨੀ ਦੁੱਧ ਦੇਣਾ ਅੱਜ। ਚਾਲ ਚਾਲ ਲੋਕੀ ਉਹ ਗਾਣਾ ਲਾ ਸਕਦੇ, ਕਣਕ ਜੀ ਵੱਢ ਕੇ ਵਿਹਲੇ ਆ, ਹੁਣ ਟੋਰ ਟਕਾ ਕੇ ਕੱਢਾਂਗੇ। ਹਾਂਜੀ ਗਾਇਸ, ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ 'ਤੇ। ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ। ਸੋ ਅੱਜ ਆਪਾਂ ਗੱਲ ਕਰਦੇ ਹਾਂ ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਦੀ। ਸੋ ਅੱਜ ਤੱਕ ਤੁਹਾਨੂੰ ਪਤਾ ਹੋਣਾ ਗੁਰਸ਼ਰਨ ਸੰਧੂ ਅਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ 'ਤੇ। ਸੋ ਅੱਜ ਤੱਕ ਉਹਨੇ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ 'ਤੇ। ਸੋ ਗਾਇਸ ਆਓ ਤੁਹਾਨੂੰ ਦਿਖਾਉਂਦੇ ਸਟੋਰੀ। ਗਾਇਸ ਵੀਡੀਓ ਨੂੰ ਐਡ ਤੱਕ ਜ਼ਰੂਰ ਦੇਖਿਓ। ਮਾਰਨਿੰਗ ਟੀ ਤਾਂ ਚਾਹੀਦੀ ਅਜੀਤ ਕੌਰ ਵੱਲ ਵੀ ਲੈ। ਇਹਨਾਂ ਨੂੰ ਕੋਈ ਹੈ ਫਿਕਰ ਦੁੱਧ ਦੇਣ ਦੀ? ਟੋਰ ਨਾ ਮੂੰਹ 'ਚ ਪਾਈਆਂ ਚਿੰਗਵਾਂ 'ਤੇ ਚੱਬੀ ਜਾਂਦੀਆਂ। ਬਦਤਮੀਜੋ ਖੜੀਆਂ ਹੋ ਜਾਓ, ਚੋਣਾਂ ਤੁਹਾਨੂੰ। ਲੇਡੀਜ਼ ਸਟੈਂਡ ਅਪ, ਉੱਠੋ ਉੱਠੋ, ਚੋਈਏ ਵੀ ਇਹ ਦੋਵਾਂ ਦੀ ਅੱਡ ਕੋਈ ਗੁਫਰਤ ਚੱਲਣ ਦੀ ਆ। ਬਾਲ ਲਵਾ ਦੇ, ਕੋਲੀਆਂ ਮੋਨੀਆਂ ਹੀ ਹੋ ਗਈਆਂ ਸਾਰੀਆਂ ਹੀ, ਇਹਨਾਂ ਦਾ ਤਾਂ ਛੱਡ। ਹੋਰ ਹੀ ਤਰ੍ਹਾਂ ਦੇ ਹੋ ਗਏ ਜਿਵੇਂ ਖੁਰਕ ਖਾਧੇ ਹੁੰਦੇ। ਆਹ ਤਾਂ ਲੈ ਨਵਾਂ, ਇਹਨੇ ਤਾਂ ਕੀ ਹੋਣਾ, ਆਹ ਵਿਚਾਰੇ ਖੁਰਕ ਖਾਧੇ ਹੋ ਗਏ ਲੈ ਸਾਰੇ ਹੀ। ਹੋਰ ਹੀ ਡੰਡੇ ਜੇ ਫਿਰ ਬਣੇ ਫਿਰਦੇ। ਮਾਤਾ ਮੱਝਾਂ ਨੂੰ ਕੀ ਕਿਹਾ ਜੇ? ਉਹਨਾਂ ਨੇ ਹੜਤਾਲ ਕਰਤੀ, ਕਹਿੰਦੀ ਅਸੀਂ ਨੀ ਦੁੱਧ ਦੇਣਾ ਅੱਜ। ਉੱਠੀਆਂ ਹੀ ਨਹੀਂ ਕੋਈ ਵੀ, ਮੈਂ ਮਾਵਾ ਠਾ ਠੂ ਕੇ ਆਇਆ, ਉੱਜਾ ਜੰਮ ਮਾਰ ਕੇ ਆਇਆ, ਨਾ ਗੱਲ ਹੀ ਨਹੀਂ ਸੁਣੀ ਕਿਸੇ ਨੇ ਵੀ, ਟੋਟਲੀ ਇਗਨੋਰ ਮੀ ਉਹਨਾਂ ਨੇ ਕਰਤਾ। ਹੋਰ ਲੈ ਇਹ ਨਹੀਂ ਆਉਂਦੀ, ਕਹਿੰਦੀ ਨਾ ਮੈਂ ਨਹੀਂ ਆਉਣਾ। ਗੁੱਡ ਮਾਰਨਿੰਗ ਬਾਬੇ। ਗੁੱਡ ਮਾਰਨਿੰਗ ਫਰੈਂਡਸ, ਕੀ ਹਾਲ ਚਾਲ ਆ? ਲੋਕੀ ਉਹ ਗਾਣਾ ਲਾ ਸਕਦੇ, ਕਣਕ ਜੀ ਵੱਢ ਕੇ ਵਿਹਲੇ ਆ, ਹੁਣ ਟੋਰ ਟਕਾ ਕੇ ਕੱਢਾਂਗੇ। ਅਸੀਂ ਤਾਂ ਅਜੇ ਕਣਕ ਵੱਢ ਕੇ ਵਿਹਲੇ ਨਹੀਂ, ਤੂੜੀ ਬਣਾ ਕੇ ਵਿਹਲੇ ਨਹੀਂ ਹੋਏ। ਮੱਕੀ ਬਜਾਈ ਚੱਲੀ ਜਾਂਦੀ, ਨਾਲ ਹੀ ਵਢਾਈ ਚੱਲ ਪੈਣੀ। ਉਹ ਟਰਾਲੀ ਦਾ ਲਵਾ ਦੇ ਇੱਥੇ ਹੀ, ਭਾ ਸਾਡਾ ਦੂਰ ਹੀ ਚੱਲ ਗਿਆ। ਅੱਜ ਦੇ ਟਾਈਮ ਵਿੱਚ ਅਸੀਂ ਮੋਬਾਈਲ ਦੇ ਅੰਦਰ ਵਾਲੇ ਬੰਦਿਆਂ ਦੇ ਜ਼ਿਆਦਾ ਨੇੜੇ ਅਤੇ ਮੋਬਾਈਲ ਤੋਂ ਬਾਹਰ ਰਹਿਣ ਵਾਲੇ ਬੰਦਿਆਂ ਤੋਂ ਦੂਰ ਹੋ ਗਏ। ਰਾਜਾ ਇਹ ਨਾਲ ਭੁੱਲਾ ਤੇ ਨਾਲ ਰਾਜਾ, ਉਹ ਰਾਜੇ ਵਾਹ ਤੁਸੀਂ ਮੁੜ ਵੀ ਆਏ, ਇੰਨੀ ਛੇਤੀ ਮੁੜ ਆਏ, ਮੇਰੀ ਟਰਾਲੀ ਰਾਤ ਨਹੀਂ ਪਹੁੰਚੀ ਹੈ। ਚੱਲ ਮਿੱਤਰਾ ਚੱਲ 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 ਚੱਲ, ਸਵੇਰੇ ਲਿਆਵਾਂਗੇ ਬਾਹਰ ਇਹਨੂੰ। ਕੀ ਕਹਿਣਾ ਚਾਹੋਗੇ ਤੁਸੀਂ? ਤੁਸੀਂ ਜਮਾਂ ਲਿਬੜੇ ਹੈ, ਇੱਕ ਵੀ ਗੇੜਾ ਨੀ ਲਾਇਆ, ਇੱਕ ਵੀ, ਸਾਰੇ ਗੇੜੇ ਗੁਰਕੀਰਤ ਨਾਲ ਲਾਇਆ, ਥਾਰ ਲਗਿਆ ਚੱਕ ਕੇ ਘਰੋਂ ਆ। ਹਾਂਜੀ ਗਾਇਸ ਤੁਸੀਂ ਦੇਖ ਲਈ ਹੋਣੀ ਸਟੋਰੀ ਗਾਇਸ। ਬਾਕੀ ਗਾਇਸ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਇੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ।